ਦੋਸਤੋ, ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ SSC CGL ਵਿੱਚ ਆਈ ਬੰਪਰ ਜੋਬ ਵੈਕੈਂਸੀਆਂ ਦੀ। ਦੋਸਤੋ, SSC CGL ਹਰ ਸਾਲ ਦੀ ਐਂਡ ਵਿੱਚ ਬੰਪਰ ਨੰਬਰ ਆਫ ਵੈਕੈਂਸੀਜ਼ ਕੱਢਦੀਆਂ ਹਨ। ਇਸ ਵਾਰ ਵੀ ਉਹਨਾਂ ਨੇ ਕਾਫੀ ਅੱਛੀ ਵੈਕੈਂਸੀ ਅਨਾਉਂਸ ਕੀਤੀ ਹੈ। ਅਤੇ ਦੋਸਤੋ, ਇਸ ਦੀ ਲਾਸਟ ਡੇਟ ਹੈ ਜੋ ਉਹ 25/11/2019। ਅਤੇ ਆਪਾਂ ਪੇ ਸਕੇਲ ਦੀ ਗੱਲ ਕਰ ਲਈਏ ਤਾਂ ਦੋਸਤੋ, ਬਹੁਤ ਚੰਗੀ ਪੇ ਸਕੇਲ 47,600 ਤੋਂ ਲੈ ਕੇ 1,55,000 ਤੱਕ ਇਸਦੀ ਪੇ ਸਕੇਲ ਜਾਂਦੀ ਹੈ। ਅਤੇ ਇਹ ਸਾਰਾ ਚਾਰਟ ਹੈ ਜੋ ਇਹ ਸਾਰੀ ਪੋਸਟਾਂ ਦੇ ਚਾਰਟ ਹੈ, ਅਤੇ ਇਸ ਵਿੱਚ ਦੱਸਿਆ ਗਿਆ ਕਿ ਕਿਹੜੇ ਡਿਪਾਰਟਮੈਂਟ ਵਿੱਚ ਹੈ ਅਤੇ ਗਰੁੱਪ ਕਿਹੜਾ ਇਹਦਾ ਅਤੇ ਇਸਦੀ ਏਜ ਲਿਮਿਟ ਕੀ ਹੈ। ਤੁਸੀਂ ਇੱਕ ਵਾਰ ਇੱਥੇ ਪੜ੍ਹ ਕੇ ਜਾਂ ਮੈਂ ਇਸ PDF ਦਾ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਿਆਂਗਾ, ਉੱਥੋਂ ਡਾਊਨਲੋਡ ਕਰਕੇ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਰੀਡ ਕਰ ਲਿਓ। ਦੋਸਤੋ, ਜੇ ਮੈਂ ਤੁਹਾਨੂੰ ਇਹ ਦੱਸਣ ਲੱਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਵੇਗੀ, ਇਸ ਕਰਕੇ ਤੁਸੀਂ ਇਹ ਆਪ ਖੁਦ ਪੜ੍ਹ ਕੇ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਇਹ ਪੋਸਟ ਨੂੰ ਫਿਲ ਕਰਨਾ। ਅਤੇ ਦੋਸਤੋ, ਅੱਗੇ ਚੱਲਣ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ। ਅਤੇ ਬਾਕੀ ਮੇਨ ਮੇਨ ਗੱਲ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਦੱਸ ਦੇਣਾ। ਅਤੇ ਬਾਕੀ ਏਜ ਲਿਮਿਟ ਤਾਂ ਆਪਣੀ ਹੋ ਗਈ, ਮਤਲਬ 18 ਤੋਂ 30 ਸਾਲ, ਅਤੇ SC ST ਨੂੰ 5 ਸਾਲਾਂ ਦੀ ਛੋਟ ਹੈ। ਇਸ ਤੋਂ ਇਲਾਵਾ ਆਪਾਂ ਇਸਦੀ ਜੋ ਫੀਸ ਦੀ ਗੱਲ ਕਰੀਏ, ਇਹ ਜਨਰਲ ਅਤੇ OBC ਵਾਸਤੇ 100 ਰੁਪਏ, ਅਤੇ SC ST ਅਤੇ ਫੀਮੇਲ ਕੈਂਡੀਡੇਟ ਵਾਸਤੇ ਇਸਦੀ ਕੋਈ ਫੀਸ ਨਹੀਂ ਹੈ। ਓਕੇ ਦੋਸਤੋ, ਇਸ ਤੋਂ ਬਾਅਦ ਆਪਾਂ ਏਜ ਲਿਮਿਟ ਤਾਂ ਗੱਲ ਆਪਣੀ ਹੋ ਗਈ। ਓਕੇ, ਅਤੇ ਕਿਸੇ ਵਿੱਚ 27 ਹੈ ਲਿਮਿਟ, ਕਿਸੇ ਵਿੱਚ 30 ਸਾਲ ਹੈ, ਕਿਸੇ ਵਿੱਚ 32 ਹੈ, ਅਤੇ SC ST ਨੂੰ 5 ਸਾਲ ਐਕਸਟਰਾ ਹੈ, ਅਤੇ OBC ਨੂੰ 3 ਸਾਲ ਹੈ। ਬਾਕੀ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ। ਓਕੇ ਦੋਸਤੋ, ਇਸ ਤੋਂ ਬਾਅਦ ਮੇਨ ਗੱਲ ਇਸਦੀ ਰਹੀ ਸਿਲੇਬਸ ਦੀ। ਦੋਸਤੋ, ਨੋਰਮਲ ਜਿਹਾ ਸਿਲੇਬਸ ਹੁੰਦਾ ਹੈ, ਇੰਗਲਿਸ਼, ਮੈਥ ਅਤੇ ਜੋ ਆਪਣਾ ਉਹ ਕਰੰਟ ਅਫੇਅਰ, ਰੀਜਨਿੰਗ। ਦੇਖੋ ਦੋਸਤੋ, ਇਸ ਪੇਜ ਵਿੱਚ ਕੁਆਲੀਫਿਕੇਸ਼ਨ ਵੀ ਕਿਹੜੀ ਪੋਸਟ ਲਈ ਕਿੰਨੀ ਕੁਆਲੀਫਿਕੇਸ਼ਨ ਜ਼ਰੂਰੀ ਹੈ, ਕੀ ਹੋਣਾ ਚਾਹੀਦਾ ਹੈ। ਦੋਸਤੋ, ਪਹਿਲੀ ਪੋਸਟ ਜੋ ਅਸਿਸਟੈਂਟ ਐਡੀਟਰ ਅਕਾਊਂਟ ਆਫਿਸਰ ਦੀ ਜੋ ਪੋਸਟ ਹੈ, ਇਸ ਵਿੱਚ ਗ੍ਰੈਜੂਏਸ਼ਨ ਬੈਚਲਰ ਡਿਗਰੀ ਮੰਗੀ ਗਈ ਹੈ, ਕਿਸੇ ਵੀ ਸਟਰੀਮ ਵਿੱਚ ਹੋਵੇ। ਅਤੇ ਇਸ ਤੋਂ ਇਲਾਵਾ ਜੂਨੀਅਰ ਵਿੱਚ ਜੂਨੀਅਰ ਸਟੈਟਿਕਲ ਅਫਸਰ ਵਿੱਚ 12th ਪਾਸ ਮੰਗੀ ਗਈ ਹੈ 60% ਨੰਬਰਾਂ ਨਾਲ। ਓਕੇ ਦੋਸਤੋ, ਇਸ ਤੋਂ ਇਲਾਵਾ ਹੋਰ ਪੋਸਟਾਂ ਨੇ ਜਿਸ ਵਿੱਚ ਵੀ ਗ੍ਰੈਜੂਏਸ਼ਨ ਮੰਗੀ ਗਈ ਹੈ, ਅਤੇ ਇਸ ਤੋਂ ਇਲਾਵਾ ਆਲ ਪੋਸਟ ਵਿੱਚ ਗ੍ਰੈਜੂਏਸ਼ਨ ਡਿਮਾਂਡ ਕੀਤੀ ਗਈ ਹੈ। ਅਤੇ ਦੋਸਤੋ, ਇਸਦੀ ਫੀਸ ਦੀ ਗੱਲ ਹੋ ਗਈ, ਇਸ ਤੋਂ ਇਲਾਵਾ ਹੋਰ ਮੇਨ ਗੱਲ ਦੀ ਗੱਲ ਕਰੀਏ ਤਾਂ ਇਸਦਾ ਜੋ ਆਪਣਾ ਜੋ ਰੀਜ਼ਨ ਆਪਾਂ ਰੀਜ਼ਨ ਭਰਨਾ, ਰੀਜ਼ਨ ਵਾਈਜ਼ ਭਰਨੇ ਆਪਾਂ, ਅਤੇ ਆਪਣਾ ਜੋ ਪੰਜਾਬ ਦਾ ਰੀਜ਼ਨ ਪਵੇਗਾ ਉਹ ਨੌਰਥ, ਸੋਰੀ ਨੌਰਥ ਵੈਸਟਰਨ ਰੀਜ਼ਨ ਪਵੇਗਾ। ਦੋਸਤੋ, ਯਾਦ ਰੱਖਣਾ, ਜਦੋਂ ਪੋਸਟ ਭਰਨ ਲੱਗੇ ਤਾਂ ਆਪਾਂ ਨੌਰਥ ਵੈਸਟ ਰੀਜ਼ਨ ਆਪਾਂ ਸਿਲੈਕਟ ਕਰਨਾ, ਤਾਂ ਜੋ ਆਪਣਾ ਪੇਪਰ ਪੰਜਾਬ ਵਿੱਚ ਆਵੇ, ਅਤੇ ਜੇ ਜੋਬ ਦੀ ਸੈਟਿੰਗ ਹੁੰਦੀ ਹੈ, ਜੋਬ ਲੱਗਦੀ ਹੈ, ਤਾਂ ਪੰਜਾਬ ਵਿੱਚ ਹੀ ਕਿਤੇ ਜੋਬ ਮਿਲ ਜਾਵੇਗੀ। ਬਾਕੀ ਹੋਰ ਮੇਨ ਗੱਲ ਤੁਹਾਨੂੰ ਸਿਲੇਬਸ ਦੀ ਡਿਟੇਲ ਦੇ ਦੇਣਾ, ਜੋ ਕਾਫੀ ਬਹੁਤ ਜ਼ਰੂਰੀ ਹੈ। ਅਤੇ ਦੋਸਤੋ, ਆਪਣੇ ਕੋਲ ਸਿਲੇਬਸ ਹੈ ਜਨਰਲ ਇੰਟੈਲੀਜੈਂਸ ਅਤੇ ਰੀਜ਼ਨਿੰਗ 25 ਨੰਬਰਾਂ ਦੀ ਆਊਗੀ, ਅਤੇ ਜਨਰਲ ਅਵੇਅਰਨੈਸ 25 ਨੰਬਰਾਂ ਦੀ, ਅਤੇ ਮੈਥ ਉਹ ਵੀ 25 ਨੰਬਰਾਂ ਦਾ, ਅਤੇ ਇੰਗਲਿਸ਼ 25 ਨੰਬਰਾਂ ਦੀ। ਬਸ ਨੋਰਮਲ ਟੈਸਟ ਹੈ। ਇਸ ਤੋਂ ਬਾਅਦ ਸਿੱਧੀ ਆਪਣਾ ਇਹ ਪੇਪਰ 2 ਦੀ ਗੱਲ ਵੀ ਕੀਤੀ ਗਈ ਹੈ ਦੋਸਤੋ ਇਸ ਵਿੱਚ, ਅਤੇ ਬਾਕੀ ਤੁਸੀਂ ਪੂਰੀ ਡਿਟੇਲ ਇਸ ਵਿੱਚ PDF ਫਾਈਲ ਵਿੱਚੋਂ ਡਾਊਨਲੋਡ ਕਰਕੇ ਦੇਖ ਸਕਦੇ ਹੋ। ਓਕੇ ਦੋਸਤੋ, ਥੈਂਕ ਯੂ।